ਜੀ ਕੋ ਆਪ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਅਸੀਂ ਮੋਦੀ ਸਰਕਾਰ ਦੁਆਰਾ ਖੇਤੀ ਵਿਰੋਧੀ ਲਿਆਂਦੇ ਗਏ ਕਾਨੂੰਨਾਂ ਦੇ ਬਾਰੇ ਗੱਲਬਾਤ ਕਰਨ ਲਈ ਇਕਬਾਲ ਸਿੰਘ ਸਿੱਧੂ ਕੋਲ ਪਹੁੰਚੇ ਹਾਂ। ਇਹਨਾਂ ਨਾਲ ਅਸੀਂ ਅੱਜ ਪੂਰੇ ਬਿੱਲਾਂ ਬਾਰੇ ਅਤੇ ਕੈਪਟਨ ਸਰਕਾਰ ਦੁਆਰਾ ਲਿਆਂਦੇ ਗਏ ਬਿੱਲਾਂ ਬਾਰੇ ਪੂਰੀ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇਕਬਾਲ ਸਿੰਧੂ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਮੇਰੇ ਵੱਲੋਂ ਆਵਾਜ਼ ਏ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ, ਹਾਰਦਿਕ ਸਵਾਗਤ ਜੀ। ਐਂ ਕਹਿੰਦੇ ਆ ਜਿਨ੍ਹਾਂ ਨੇ ਇਸ ਟੀਵੀ ਨੇ ਸਾਨੂੰ ਇਸ ਆਪਣੇ ਮਨ 'ਚ ਉੱਪਰ ਆ ਕੇ ਕਿਸਾਨਾਂ ਦਾ ਅਤੇ ਕੇਂਦਰ ਦਾ ਜੋ ਆਪਸ ਵਿੱਚ ਰੇੜਕਾ ਬਣਿਆ ਉਹਦੇ ਸੰਬੰਧੀ ਗੱਲਬਾਤ ਕਰਨ ਦੇ ਲਈ ਸਮਾਂ ਦਿੱਤਾ। ਹੁਣ ਅਸੀਂ ਗੱਲਬਾਤ ਵਿਸਤਾਰ ਰੂਪ ਵਿੱਚ ਗੱਲਬਾਤ ਕਰਾਂਗੇ ਕਿ ਜਿਹੜਾ ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਨੇ, ਬੀਜੇਪੀ ਸਰਕਾਰ ਨੇ ਖੇਤੀਬਾੜੀ ਵਿਰੋਧੀ ਬਿੱਲ, ਆਪਾਂ ਪੰਜਾਬ ਜਿਹੜੀ ਪੰਜਾਬ ਦੇ ਲੋਕ ਇਹਨੂੰ ਵਿਰੋਧੀ ਬਿੱਲ ਹੀ ਕਹਿਣਗੇ, ਜਿਹੜੀ ਕੇਂਦਰ ਸਰਕਾਰ ਉਹ ਖੇਤੀ ਸੁਧਾਰ ਬਿੱਲ ਬੋਲਦੀ ਹੈ, ਇਸਨੂੰ ਇਹ ਵਿਰੋਧੀ ਬਿੱਲ ਕਿਵੇਂ ਹੋ ਗਏ? ਇਹਦੇ ਵਿੱਚ ਇੱਕ ਕੀ ਆ, ਫਾਰਮਿੰਗ ਜਿਹੜਾ ਐਗਰੀਮੈਂਟ ਐਕਟ ਬਣਿਆ ਹੋਇਆ ਕਿ ਤੁਸੀਂ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਕਿਸਾਨ ਇੱਕ ਪ੍ਰਾਈਵੇਟ ਬੰਦਿਆਂ ਨਾਲ, ਜਿਹੜੇ ਧਨਾੜ ਬੰਦੇ ਆ, ਪੂੰਜੀਪਤੀ ਬੰਦੇ ਆ, ਰਿਚ ਬੰਦੇ ਆ, ਉਹਨਾਂ ਨਾਲ ਐਗਰੀਮੈਂਟ ਕਰਨਗੇ। ਐਗਰੀਮੈਂਟ ਕਿਵੇਂ ਹੁੰਦਾ? ਇੱਕ ਲੀਜ਼ ਹੋਊਗੀ। ਲੀਜ਼ ਕਿਵੇਂ? ਇੱਕ ਲੀਜ਼ ਹੋਊਗੀ, ਉਹ ਲੀਜ਼ ਕਿੰਨੇ ਵੀ ਸਾਲਾਂ ਦੀ ਹੋ ਸਕਦੀ ਹੈ, 25 ਸਾਲ ਦੀ ਹੋਊਗੀ, 99 ਸਾਲਾਂ ਦੀ ਹੋਊਗੀ। ਉਹ ਲੀਜ਼ ਦੇ ਵਿੱਚ ਕੀ ਹੋਊਗਾ ਕਿ ਉਸ ਲੀਜ਼ ਦੇ ਨਿਯਮ ਹੋਣਗੇ, ਉਸ ਨਿਯਮਾਂ ਮੁਤਾਬਕ ਕਿਸਾਨਾਂ ਨੂੰ ਉਹ ਪ੍ਰੈਫਰ ਕਰਨਗੇ ਕਿ ਤੁਹਾਡੇ ਏਰੀਏ ਮੁਤਾਬਕ ਤੁਸੀਂ ਉਸ ਕੰਪਨੀ ਦੇ ਮੁਤਾਬਕ, ਉਹਨਾਂ ਜਿਹੜੇ ਪੂੰਜੀਪਤੀਆਂ ਮੁਤਾਬਕ ਉਹੀ ਫਸਲ ਬੀਜੋਗੇ। ਉਸ ਫਸਲ ਦੇ ਉੱਪਰ ਕਿਹੜੇ ਬੀਜ ਬੀਜਣੇ ਆ, ਕਿਹੜੀ ਰੇਹ ਸਪਰੇਅ ਕਰਨੀ ਹੈ, ਕਿਵੇਂ ਬੀਜਣਾ, ਕਦੋਂ ਵੱਢਣਾ, ਕਦੋਂ ਕੱਟਣਾ, ਔਰ ਉਹਦਾ ਰੇਟ ਫਿਕਸ ਉਹਨਾਂ ਦੁਆਰਾ ਕੀਤਾ ਜਾਊਗਾ। ਅਤੇ ਉਹ ਕਿਸਾਨ ਉਹਨਾਂ ਨੂੰ ਮਜਬੂਰ ਉਹਨਾਂ ਨਾਲ ਐਗਰੀਮੈਂਟ ਕਰਨਾ ਪਊਗਾ। ਕਾਰਨ ਇਹਦੇ ਪਿੱਛੇ ਕੀ ਹੈ? ਜਿਹੜੀ ਕੇਂਦਰ ਸਰਕਾਰ ਹੈ, ਕੇਂਦਰ ਸਰਕਾਰ ਵਾਰ ਵਾਰ ਇਹ ਕਹਿ ਰਹੀ ਹੈ ਕਿ ਅਸੀਂ MSP ਮਿਨੀਮਮ ਸਪੋਰਟ ਪ੍ਰਾਈਸ। ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦਾ ਹੈ? ਕਿ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਉਹ ਇੰਨਾ, ਉਹ ਕਹਿੰਦੇ ਅਸੀਂ ਤੋੜਿਆ ਨਹੀਂ, ਪਰ ਇਨ ਰਿਟਰਨ ਦੇ ਵਿੱਚ ਕਿਤੇ ਵੀ ਕੇਂਦਰ ਸਰਕਾਰ ਨੇ ਬਿੱਲਾਂ ਦੇ ਵਿੱਚ ਇਹ ਨਹੀਂ ਦਿੱਤਾ ਕਿ ਅਸੀਂ MSP ਨਹੀਂ ਤੋੜੀ। ਜਦੋਂ MSP ਟੁੱਟੀ ਗਈ MSP ਤਾਂ ਉਦੋਂ ਕੀ ਕਰਨਗੇ ਜਿਹੜੇ ਉਹ ਪੂੰਜੀਪਤੀ ਬੰਦੇ ਆ, ਜਿਹੜੇ ਖੇਤੀ ਕਰਨਗੇ ਐਗਰੀਮੈਂਟ ਦੇ ਹਿਸਾਬ ਨਾਲ, ਉਹ ਜਿਹੜੀ ਫਸਲ ਹੈ ਕਿਸਾਨ ਦੀ, ਉਹਦੀ ਕੁਆਲਿਟੀ ਦੇਖਣਗੇ। ਉਹ ਕੁਆਲਿਟੀ ਦੇ ਹਿਸਾਬ ਨਾਲ ਕੀ ਕਰਨਗੇ? ਫਸਲ ਜਿਵੇਂ ਫਰਜ਼ ਕਰੋ ਕਣਕ ਦੀ ਗੱਲ ਕਰੋ, ਕਣਕ ਦੀ ਕੁਆਲਿਟੀ ਹੈ ਜਿਹੜੀ, ਕਣਕ ਦੇ ਵਿੱਚ ਘੱਟ ਤੋਂ ਘੱਟ ਨਵੀਂ ਹੋਊਗੀ ਉਹਦੇ ਰੇਟ ਵੱਧ ਹੋਊਗਾ, ਜਿਹਦੇ 'ਚ ਨਵੀਂ ਵੱਧ ਹੋਊਗੀ ਉਹਦਾ ਰੇਟ ਘੱਟ ਹੋਊਗਾ। ਉਸ ਤਰ੍ਹਾਂ ਹੀ ਝੋਨੇ ਦਾ ਜਿਵੇਂ ਮੋਇਸਚਰ ਚੈੱਕ ਹੁੰਦਾ ਉਸੇ ਤਰ੍ਹਾਂ ਹੀ ਹੈ। ਪਰ ਹੁਣ ਕੀ, ਆਪਾਂ ਨੂੰ ਘੱਟ ਤੋਂ ਘੱਟ ਜੇ ਨਵੀਂ ਆਪਣੀ ਫਸਲ ਦੇ ਵਿੱਚ ਜ਼ਿਆਦਾ ਹੈ, ਆਪਾਂ ਨੂੰ ਮੰਡੀ ਦੇ ਵਿੱਚ 2-3-4-5 ਸਾਲ ਰੁਕਣਾ ਪੈਂਦਾ, ਪਰ ਆਪਾਂ ਨੂੰ ਰੇਟ ਤਾਂ ਵੱਧ ਮਿਲਦਾ ਕਿਉਂਕਿ ਸਰਕਾਰ ਦੇ ਅਧੀਨ ਆਪਣਾ ਸਾਰਾ ਕੁਛ ਚੱਲਦਾ। ਪਰ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ? ਉਹ ਸਿੱਧੀ ਕੀ ਕਰਨਗੇ? ਸੈਲਰ ਦੇ ਵਿੱਚ ਲਿਜਾਇਆ ਕਰਨਗੇ, ਨਰਮਾ ਮਿੱਲਾਂ ਦੇ ਵਿੱਚ ਲਿਜਾਇਆ ਕਰਨਗੇ, ਉੱਥੇ ਇਹ ਕਿਆ ਕਰਨਗੇ, ਤੇਰੀ ਫਸਲ ਦੇ ਵਿੱਚ 9% ਨਵੀਂ ਹੈ, ਇਸ ਕਰਕੇ ਅਸੀਂ ਇਸ ਰੇਟ 'ਤੇ ਲਵਾਂਗੇ। ਅਸਲ 'ਚ ਇਹ ਪਰ ਜਿਹੜਾ ਪੰਜਾਬ ਸਰਕਾਰ ਬਿੱਲ ਲੈ ਕੇ ਆਈ ਆ, ਉਹ ਕਹਿ ਰਹੇ ਕਿ MSP ਕਣਕ ਅਤੇ ਝੋਨੇ ਦੀ ਜਿਹੜੀ ਉਹਨਾਂ ਬਿਲਕੁਲ ਤੈਅ ਹੋਊਗੀ, ਜੇਕਰ ਉਦੋਂ ਕੋਈ ਘੱਟ ਮੁੱਲ 'ਤੇ ਕੋਈ ਫਸਲ ਖਰੀਦਦਾ ਜਾਂ ਕੋਈ ਵੀ ਮਤਲਬ ਉਹਦੇ ਵਿੱਚ ਵਿਚੋਲੀਆ ਪੈਂਦਾ ਤਾਂ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊਗੀ, 3 ਸਾਲ ਦੀ ਸਜ਼ਾ ਹੋਊਗੀ, ਤਾਂ ਕੀ ਇਹਦੇ ਨਾਲ ਕੋਈ ਅਸਰ ਪਊਗਾ? ਦੇਖੋ ਜੇ ਕਾਨੂੰਨੀ ਮਾਹਰਾਂ ਦੀ ਰਾਏ ਅਨੁਸਾਰ ਆਪਾਂ ਦੇਖੀਏ ਤਾਂ ਜਿਹੜਾ ਕੇਂਦਰ ਸਰਕਾਰ ਕੋਈ ਵੀ ਬਿੱਲ ਪਾਸ ਕਰਦੀ ਹੈ ਉਹ ਕੇਂਦਰ ਸਰਕਾਰ ਜਿੰਨੇ ਅਧੀਨ ਉਹਦੇ ਰਾਜ ਆਉਂਦੇ ਉਹ ਸਾਰੇ ਦੇ ਪਾਸ ਹੁੰਦਾ ਹੁੰਦਾ। ਇਹ ਕੇਂਦਰ ਸਰਕਾਰ ਨੇ ਕੋਈ ਨਾ ਸਪੈਸ਼ਲ ਪੰਜਾਬ ਲਈ ਬਿੱਲ ਕੀਤਾ, ਨਾ ਸਪੈਸ਼ਲ ਹਰਿਆਣੇ ਨੇ ਕੀਤਾ, ਇਹਨੇ ਆਲ ਇੰਡੀਆ ਲਈ ਬਿੱਲ ਪਾਸ ਕੀਤਾ। ਪੰਜਾਬ ਵੀ ਉਹਦੇ ਵਿੱਚ ਇਨਕਲੂਡਿਡ ਹੈ, ਹਰਿਆਣਾ ਵੀ ਇਨਕਲੂਡਿਡ ਹੈ, ਸਾਰੀਆਂ ਸਟੇਟਾਂ ਇਨਕਲੂਡਿਡ ਹੈ। ਉਹਦੇ ਵਿੱਚ ਕੀ ਹੈ, ਇੱਦਾਂ ਦਾ ਕੋਈ ਵੀ ਧਾਰਾ ਨਹੀਂ ਬਣੀ ਹੋਈ ਕਿ ਕੇਂਦਰ ਸਰਕਾਰ ਕੋਈ ਵੀ ਬਿੱਲ ਪਾਸ ਕਰੇ। ਹਾਲਾਂਕਿ ਖੇਤੀਬਾੜੀ ਜਿਹੜਾ ਵਿਸ਼ਾ ਹੈ ਇਹ ਰਾਜ ਸਰਕਾਰ ਦੇ ਅੰਡਰ ਵਿਸ਼ਾ ਆਉਂਦਾ ਹੈ, ਰਾਜਾਂ ਦੇ ਅੰਡਰ ਵਿਸ਼ਾ ਆਉਂਦਾ ਹੈ, ਪਰ ਕੇਂਦਰ ਸਰਕਾਰ ਕੋਲ ਇਹ ਸ਼ਕਤੀਆਂ ਹੁੰਦੀਆਂ ਕਿ ਰਾਜਾਂ ਦੇ ਵਿੱਚ ਜਦੋਂ ਰਾਜ ਵਿਸ਼ੇ ਦੇ ਉੱਪਰ ਵੀ ਕੋਈ ਨਾ ਕੋਈ ਕਾਨੂੰਨ ਹੈ, ਕੋਈ ਸੋਧ ਕਰਨੀ ਹੈ, ਕੋਈ ਨਵੀਂ ਨੀਤੀ ਤੈਅ ਕਰਨੀ, ਉਹ ਕੇਂਦਰ ਸਰਕਾਰ ਕਰ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ ਕੋਲ ਰਾਜ ਸਰਕਾਰ ਨਾਲੋਂ ਵੱਧ ਸ਼ਕਤੀਆਂ। ਇਸ ਕਰਕੇ ਜਿਹੜਾ ਕੇਂਦਰ ਦਾ ਬਿੱਲ ਹੈ ਉਹਨੂੰ ਪੰਜਾਬ ਸਰਕਾਰ ਚੈਲੇਂਜ ਨਹੀਂ ਕਰ ਸਕਦੀ। ਦੇਖੋ ਕਿਸਾਨ ਯੂਨੀਅਨ ਦਾ ਦਬਾਅ ਲਾ ਲਓ, ਵੋਟ ਬੈਂਕ ਲਾ ਲਓ, ਦੂਸਰੀਆਂ ਪਾਰਟੀਆਂ ਦਾ ਦਬਾਅ ਲਾ ਲਓ ਕਿ ਇਹਨਾਂ ਨੂੰ ਇਹ ਕਹਿਤਾ ਕਿ ਤੁਸੀਂ ਇੱਕ ਸਪੈਸ਼ਲ ਵਿਧਾਨ ਸਭਾ ਦੀ ਮੀਟਿੰਗ ਬੁਲਾਓ, ਉਹਦੇ ਵਿੱਚ ਤੁਸੀਂ ਇਹ ਮਤਾ ਪਾਓ। ਉਹਦੇ ਵਿੱਚ ਇਹਨੇ ਮਤਾ ਪਾਇਆ ਕਿ ਕਣਕ ਅਤੇ ਝੋਨਾ ਘੱਟ ਤੋਂ ਜਿਹੜੀ MSP ਹੈ, ਫਰਜ਼ ਕਰੋ ਇੱਕ ਬਾਜਬ ਜਿਹੜਾ ਰੇਟ ਬੰਨਿਆ ਹੋਇਆ ਸੈਂਟਰ ਸਰਕਾਰ ਨੇ, ਉਦੋਂ ਘੱਟ ਕੋਈ ਵੀ ਬੰਦਾ ਫਸਲ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ। ਪਹਿਲੀ ਗੱਲ ਤਾਂ ਇਸ ਬਿੱਲ ਦਾ ਰਾਹ ਦੇਖੋ ਤੁਸੀਂ, ਇੱਕ ਮਤਾ ਪਾਸ ਹੋਇਆ, ਇੱਕ ਖਰੜਾ ਤਿਆਰ ਹੋਇਆ, ਇਹ ਰਾਜਪਾਲ ਕੋਲ ਜਾਊਗਾ, ਰਾਜਪਾਲ ਇਹਦੀ ਘੋਖ ਪੜਤਾਲ ਕਰੂਗਾ। ਰਾਜਪਾਲ ਕਿਹਦੇ ਅੰਡਰ ਹੁੰਦਾ? ਸੈਂਟਰ ਗੌਰਮੈਂਟ ਦੇ ਅੰਡਰ ਹੁੰਦਾ। ਹੁਣ ਰਾਜਪਾਲ ਦੀ ਮਰਜ਼ੀ ਹੈ ਉਸ ਬਿੱਲ ਨੂੰ ਘੋਖ ਪੜਤਾਲ ਕਰਨ ਲਈ 1 ਮਹੀਨਾ ਲਾਉਂਦਾ, 2 ਮਹੀਨੇ ਲਾਉਂਦਾ, 6 ਮਹੀਨੇ ਲਾਉਂਦਾ, 2 ਸਾਲ ਲਾਉਂਦਾ।
ਉਦੋਂ ਬਾਅਦ ਕੀ ਉਦੋਂ ਬਾਅਦ ਉਹਦੀ ਕੌਂਸੈਂਟ ਮਿਲੂ, ਕੌਂਸੈਂਟ ਮਤਲਬ ਸਹਿਮਤੀ, ਫਿਰ ਉਹ ਬਿੱਲ ਬਣੂਗਾ। ਹੁਣ ਰਾਜ ਸਰਕਾਰ ਇਹ ਤਾਂ ਦੇਖੂਗਾ ਵੀ ਇਹ ਬਿੱਲ ਹੈ ਜਿਹੜਾ ਇਹ ਕੇਂਦਰ ਸਰਕਾਰ ਦੇ ਬਿੱਲ ਦੇ ਉਲਟ ਹੈ, ਉਹ ਇਹਤੇ ਸਾਈਨ ਕਿਵੇਂ ਕਰੂਗਾ। ਦੂਸਰੀ ਗੱਲ, ਮੈਂ ਕਿਸੇ ਕਾਂਗਰਸ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਬੀਜੇਪੀ ਦੀ ਗੱਲ ਨਹੀਂ ਕਰ ਰਿਹਾ, ਮੈਂ ਜਸਟ ਇੱਕ ਬਿੱਲ ਦੀ ਗੱਲ ਕਰ ਰਿਹਾ ਜਿੰਨੀ ਮੇਰੇ ਧਿਆਨ 'ਚ ਹੈ ਕਿ ਇਹ ਜਿਹੜਾ ਬਿੱਲ ਹੈ ਇਸ ਬਿੱਲ ਦੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਵੀ ਤਜਵੀਜ਼ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਂਦੀ ਹੈ, ਉਹ ਜਸਟ ਇੱਕ ਕਿਸਾਨਾਂ ਨੂੰ ਜੇ ਧਰਨੇ ਟਿਕਾਉਣ ਦੇ ਲਈ ਮਜ਼ਾਕ ਹੈ, ਕੋਝਾ ਮਜ਼ਾਕ ਹੈ, ਤਾਂ ਕਿ ਕਿਸਾਨ ਜਿਹੜੇ ਰੇਲ ਪਰੜੀ ਉੱਪਰ ਹਟ ਜਾਣ। ਜਿਹੜੀ ਲੋੜੀ ਦੀ ਪੰਜਾਬ ਦੇ ਵਿੱਚ ਖਾਦ ਦੀ ਲੋੜ ਹੈ ਉਹ ਆ ਜੀ, ਥਰਮਲਾਂ ਦੇ ਵਿੱਚ ਜਿਹੜੇ ਕੋਲੇ ਦੀ ਲੋੜ ਹੈ ਉਹ ਆ ਜੀ, ਜਿਹੜਾ ਬਾਕੀ ਸਭ ਹੋਰ ਸਮਾਨ ਆਉਂਦਾ ਰੇਲ ਗੱਡੇ ਦੇ ਲਈ ਉਹ ਆ ਜੀ। ਇਸ ਨਾਲ ਕੋਈ ਫਰਕ ਨਹੀਂ ਪੈਣਾ, ਇਹ ਤੁਸੀਂ ਤੁਹਾਡੇ ਸਾਹਮਣੇ ਆ, ਸਾਰੇ ਲੋਕਾਂ ਦੇ ਸਾਹਮਣੇ, ਜਿੰਨੀ ਕਾਨੂੰਨੀ ਰਾਏ ਮੁਤਾਬਕ, ਜਿੰਨਾ ਆਪਾਂ ਪੜ੍ਹਦੇ ਸੁਣਦੇ ਹਾਂ, ਆਰਟੀਕਲ ਦੇਖਦੇ ਹਾਂ, ਉਹਦੇ ਮੁਤਾਬਕ ਇਹ ਬਿੱਲ ਕੁਛ ਵੀ ਨਹੀਂ। ਚਲੋ ਆਪਾਂ ਮੰਨਦੇ ਹਾਂ ਜੇਕਰ ਇਹਦਾ ਕੋਈ ਅਸਰ ਹੋਊਗਾ ਜਾਂ ਨਹੀਂ ਹੋਊਗਾ, ਪਰ ਜੇ ਆਪਾਂ ਦੇਖੀ ਤਾਂ ਜਿਹੜੀ MSP ਨੇ ਤੈਅ ਕੀਤੀ ਸਿਰਫ ਕਣਕ ਦੇ ਝੋਨੇ ਦੀ ਕੀਤੀ ਹੈ ਕਿ ਬਾਕੀ ਵੀ ਹੋਰ ਕੋਈ ਪੰਜਾਬ ਦੇ ਵਿੱਚ ਫਸਲਾਂ ਨਹੀਂ ਹੈਗੀਆਂ। ਦੇਖੋ ਜੇ ਹੁਣ ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ ਜਿਹੜੀ ਮਾਲਵਾ ਪੱਟੀ ਹੈ, ਮਾਲਵਾ ਪੱਟੀ ਨੂੰ ਕਪਾਹ ਪੱਟੀ ਬੋਲਦੇ, ਇਹਦੇ ਵਿੱਚ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਘੱਟ ਤੋਂ ਘੱਟ 35-40% ਨਰਮਾ ਨਰਮੇ ਦੀ ਖੇਤੀ ਹੁੰਦੀ ਹੈ। ਮਾਲਵਾ ਪੱਟੀ ਅਬੋਹਰ ਤੋਂ ਲੈ ਕੇ ਸੰਗਰੂਰ ਜਿਹੜੇ ਤੱਕ ਹੈ, ਸਾਰੇ ਜ਼ਿਲ੍ਹੇ ਘੁੰਮਦੇ, ਮਾਨਸਾ ਆ ਜਾਓ, ਇਹਦੇ ਵਿੱਚ ਸੰਗਰੂਰ ਆ ਜਾਓ, ਬਠਿੰਡਾ ਆ ਜਾਓ, ਫਰੀਦਕੋਟ, ਸਾਰੇ ਜ਼ਿਲ੍ਹੇ ਆਉਂਦੇ ਆ। ਉਹਦੇ ਵਿੱਚ ਕੀ ਆ, ਹੁਣ ਨਰਮਾ ਹੈ, ਨਰਮੇ ਦੇ ਕੀ ਰੇਟ ਉੱਤੇ ਗਏ ਹੈ ਸੈਂਟਰ ਗੌਰਮੈਂਟ ਵੱਲੋਂ, ਨਰਮੇ ਜਿਹੜਾ ਘੱਟੋ ਘੱਟ ਰੇਟ ਆ ਜਿਹੜੀ ਮੇਰੇ ਕੋਲ ਲਿਸਟ ਹੈ ਉਹ 5429 ਤੋਂ ਸਟਾਰਟ ਹੈ। 5429 ਵਾਲਾ ਨਰਮਾ ਜਿਹੜਾ ਅੱਜ ਤੋਂ ਜਿਹੜਾ ਹਫ਼ਤਾ ਪਹਿਲਾਂ ਨਰਮੇ ਦਾ ਰੇਟ ਸੀ ਉਹ 5429 ਬਿਨਾਂ ਨਵੀਂ ਚੈੱਕ ਕੀਤੇ, ਜਿਹੜੀ ਮੈਂ ਮਾਨਸਾ ਮੰਡੀ ਦੇ ਵਿੱਚ ਦੇਖਿਆ, ਬਹੁਤੀਆਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੁਸੀਂ ਦੇਖ ਲਓ, ਜਿਹੜੀ 150-100 ਤੋਂ 150-150 ਤੱਕ ਦੀ ਟਰਾਲੀਆਂ ਦੀ ਲੈਣ ਹੁੰਦੀ ਸੀ ਕਿਸਾਨਾਂ ਦੀ, ਕੋਈ ਨਵੀਂ ਨਹੀਂ ਚੈੱਕ ਹੋਈ, ਜਸਟ ਕਿ ਇੱਕੋ ਰੇਟ ਹੁੰਦਾ ਸੀਗਾ ਸਾਰਿਆਂ ਨੂੰ, ਜਿਹੜੀ ਪਰਚੀ ਰੇਟ ਦੀ ਕੀ ਕੱਟੀ ਜਾਂਦੀ ਸੀ 5429 ਰੁਪਏ, ਉਹਦੇ 'ਚ ਕੀ ਐਵਰੇਜ ਪਾ ਲਈ, ਨਵੀਂ ਕੋਈ ਚੈੱਕ ਨਹੀਂ ਕੀਤੀ। ਹਾਲਾਂਕਿ ਨਵੀਂ ਜਿਹੜੀ ਤੈਅ ਕੀਤੀ ਹੈ ਨਰਮੇ ਦੀ ਉਹ 8 ਤੋਂ ਲੈ ਕੇ 12 ਤੱਕ, 8% ਤੋਂ 12% ਤੱਕ ਨਵੀਂ ਹੈ। ਜਿੰਨੀ ਘੱਟ ਤੋਂ ਘੱਟ ਨਵੀਂ ਹੋਊਗੀ ਫਸਲ ਦੇ ਵਿੱਚ ਉਹਦਾ ਰੇਟ ਵੱਧ ਮਿਲੂਗਾ। ਹੁਣ ਜੇ 8% ਨਵੀਂ ਵਾਲੀ ਫਸਲ ਹੈ ਉਹਦਾ ਰੇਟ ਜਿਹੜੀ ਮੇਰੇ ਕੋਲ ਲਿਸਟ ਹੈ 5725 ਰੁਪਏ ਬਣਦਾ, ਜੇ ਨਵੀਂ ਵੱਧ ਤੋਂ ਵੱਧ ਹੈ ਉਹਦਾ ਰੇਟ ਕੀ ਹੈ 5429। ਇਟ ਮੀਨਸ ਜਿਹੜਾ 5-7 ਦਿਨ ਨਰਮਾ ਪਹਿਲਾਂ ਵਿਕਿਆ ਕਿ ਉਸ ਨਰਮੇ ਦੀ ਸਾਰੇ ਦੀ ਨਵੀਂ 12 ਸੀ, 8% ਨਵੀਂ ਵਾਲਾ ਉਹਦੇ ਵਿੱਚ ਕੋਈ ਨਰਮਾ ਨਹੀਂ ਸੀ, 9% ਵਾਲਾ ਕੋਈ ਨਰਮਾ ਨਹੀਂ ਸੀ, ਰੇਟ ਕੀ ਹੈ 5429। ਉਸ ਤੋਂ ਅਗਲਾ ਰੇਟ ਕੀ ਹੈ 5596, ਇਹ ਦੋ ਰੇਟ ਲੱਗੇ ਗਏ ਆ। 5596 ਨੇ ਬਹੁਤ ਘੱਟ ਜਿਹੜੀਆਂ ਪਰਚੀਆਂ ਕਿਸਾਨਾਂ ਨੂੰ ਮਿਲੀਆਂ। ਹੁਣ ਜਿਹੜਾ ਕਰੰਟ ਰੇਟ ਚੱਲ ਰਿਹਾ ਨਰਮੇ ਦਾ ਉਹ ਹੈਗਾ 5611, 5568 ਤੇ 5725। ਇਹ 8% ਹੁਣ ਇਹਨੂੰ ਨਵੀਂ ਮੰਨ ਲਿਆ, ਹੁਣ ਕਿਹੜਾ ਨਵੀਂ ਚੈੱਕ ਹੁੰਦੀ ਹੈ। ਅਸਲ 'ਚ ਕੀ ਹੈ, ਕੈਪਟਨ ਸਾਹਿਬ ਨੇ ਨਰਮੇ ਨੂੰ ਜਿਹੜਾ ਆਪਣਾ ਬਿੱਲ ਹੈ ਇਹਦੇ ਵਿੱਚੋਂ ਕਿਉਂ ਕਿਉਂ ਬਾਹਰ ਕੱਢਿਆ। ਨਰਮੇ ਦਾ ਕੀ ਹੈ, ਹੁਣ ਨਰਮੇ ਦੇ ਵਿੱਚ 4 ਰੇਟ ਬਣਦੇ ਆ। ਹੁਣ ਕੈਪਟਨ ਸਾਹਿਬ ਨੂੰ ਇਹ ਕੋਈ ਚੀਜ਼ ਫਿਕਸ ਕਰਨੀ ਚਾਹੀਦੀ ਸੀ ਕਿ ਤੁਸੀਂ ਮੰਡੀ, ਜਿਵੇਂ ਆਪਾਂ ਝੋਨਾ ਕਣਕ ਲੈ ਕੇ ਜਾਂਦੇ ਹਾਂ ਮੰਡੀ ਦੇ ਵਿੱਚ, ਆਪਣਾ ਮੋਇਸਚਰ ਚੈੱਕ ਹੁੰਦਾ, ਨਰਮੇ ਦਾ ਕਿਉਂ ਨਹੀਂ ਮੋਇਸਚਰ ਚੈੱਕ ਕਰਦੇ? ਤੁਸੀਂ ਨਰਮੇ ਦਾ ਮੋਇਸਚਰ ਚੈੱਕ ਕਰੋ, ਜਿਹੜੇ ਜ਼ਿਮੀਂਦਾਰ ਦਾ ਨਰਮਾ 8% ਨਮੀ ਵਾਲਾ ਹੈ ਤੁਸੀਂ ਕੰਮ 'ਤੇ ਕਹੋ ਉਹਨੂੰ ਤਾਂ 5525 ਰੇਟ ਦਿਓ। ਫਿਰ ਕੈਪਟਨ ਸਾਹਿਬ ਨੇ ਇੱਥੇ ਕਿਉਂ ਨਹੀਂ ਕਿਹਾ ਕਿ ਜਿਹੜੇ ਵੀ ਜ਼ਿਮੀਂਦਾਰ ਦਾ ਨਰਮੇ ਦੀ ਨਮੀ 8% ਹੋਈ ਉਹਨੂੰ 5725 ਰੁਪਏ ਤੋਂ ਘੱਟ ਲੈਣ ਵਾਲੇ ਨੂੰ 3 ਸਾਲ ਦੀ ਸਜ਼ਾ ਹੋਊਗੀ? ਇੱਥੇ ਕੈਪਟਨ ਸਾਹਿਬ ਕਿਉਂ ਚੁੱਪ ਹੈ? ਇੱਥੇ ਵਿਰੋਧੀ ਪਾਰਟੀਆਂ ਕਿਉਂ ਚੁੱਪ ਹੈ? ਇੱਥੇ ਆਮ ਵਾਲੇ ਕਿਉਂ ਚੁੱਪ ਹੈ? ਸ਼੍ਰੋਮਣੀ ਅਕਾਲੀ ਦਲ ਕਿਉਂ ਚੁੱਪ ਹੈ? ਤੁਸੀਂ ਦੇਖੋ ਸਾਰਿਆਂ ਨੇ ਵੋਟ ਬੈਂਕ ਦੇ ਲਈ, ਉੱਦਾਂ ਤਾਂ ਇਹ ਪੋਲੀਟੀਕਲ ਪਾਰਟੀਆਂ ਸਾਰੀਆਂ ਅਗੇਂਸਟ ਇੱਕ ਦੂਜੇ ਦੇ, ਇੱਕ ਦੂਜੇ ਦੇ ਵਿਰੁੱਧ ਬੋਲਦੀਆਂ, ਚਾਹੇ ਬਿੱਲ ਕਿਸੇ ਪਾਰਟੀ ਨੇ ਮਰਜ਼ੀ ਤਿਆਰ ਕੀਤਾ ਪੰਜਾਬ ਦੇ ਵਿੱਚ ਕਰ, ਸਟੇਟ ਦੇ ਵਿੱਚ ਕਰ ਲੈਣ, ਚਾਹੇ ਕੇਂਦਰ 'ਚ, ਦੂਜੀ ਪਾਰਟੀ ਨੇ ਹਮੇਸ਼ਾ ਰੌਲਾ ਪਾਉਣਾ। ਹੁਣ ਕੈਪਟਨ ਸਾਹਿਬ ਨੇ ਜਿਹੜੇ ਮਤੇ ਪਾਸ ਕੀਤੇ 3, ਉਹਨਾਂ 'ਤੇ ਸਾਰੀਆਂ ਪਾਰਟੀਆਂ ਕਿਉਂ ਖੁਸ਼ ਹੋ ਗਈਆਂ? ਕਿਉਂ? ਕਿਉਂਕਿ ਵੋਟਾਂ ਲੈਣੀਆਂ ਉਹਨਾਂ ਨੇ। ਵੋਟਾਂ ਕਦੋਂ ਆ ਰਹੀਆਂ ਪੰਜਾਬ ਦੇ ਵਿੱਚ? 2022 ਦੇ ਵਿੱਚ ਆ ਰਹੀਆਂ। ਉਹ ਵੋਟ ਬੈਂਕ ਆ ਸਾਰਾ ਇਹ, ਇਹਦੇ ਵਿੱਚ ਮੇਰੇ ਹਿਸਾਬ ਨਾਲ ਜਿੰਨੀ ਮੇਰੇ ਕੋਲ ਜਾਣਕਾਰੀ ਇਹਦੇ ਵਿੱਚ ਕੁਛ ਨਹੀਂ ਹੈਗਾ। ਤਾਂ ਇੱਕ ਜਿਵੇਂ ਕਿ ਆਪਾਂ ਦੇਖਦਾ ਜਿਹੜਾ ਜਿਵੇਂ ਕਿਸਾਨ ਯੂਨੀਅਨ ਵੱਲੋਂ ਕਿਹਾ ਜਾਂਦਾ ਕਿ ਸਾਡਾ ਹੁਣ ਏਕਾ ਹੋ ਚੁੱਕਿਆ, ਤੁਹਾਨੂੰ ਕੀ ਲੱਗਦਾ ਕਿ ਸੱਚਮੁੱਚ ਵਾਕਈ ਉਹਨਾਂ 'ਚ ਏਕਾ ਹੋ ਚੁੱਕਿਆ ਜਾਂ ਕੋਈ ਅਜੇ ਵੀ ਮਤਲਬ ਉਹਨਾਂ ਵਿਚਕਾਰ ਆਪਸ ਵਿੱਚ ਖਟਾਸ ਰਹਿੰਦੀ ਹੈ? ਦੇਖੋ ਕਿਸਾਨ ਯੂਨੀਅਨ ਨੇ ਜਿਹੜੀ ਲਿਸਟ 31 ਜਥੇਬੰਦੀਆਂ ਸੀ, ਉਹਦੇ ਵਿੱਚੋਂ ਜਿਹੜੀਆਂ 2 ਪਹਿਲਾਂ ਹੀ ਬਾਹਰ ਹੋ ਗਈਆਂ, 1 ਦਾ ਸਮਰਥਨ ਫੇਰ ਘੱਟ ਹੈ, 27-28 ਦੇ ਨੇੜੇ ਜਿਹੜੀਆਂ ਕਿਸਾਨ ਯੂਨੀਅਨ ਰਹਿ ਗਈਆਂ। ਕਿਸਾਨ ਯੂਨੀਅਨ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਆਗੂ ਹੁੰਦੇ ਆ, ਮੈਂ ਕਿਸੇ ਪਰਸਨਲ ਕਿਸਾਨ ਯੂਨੀਅਨ ਦੀ ਗੱਲ ਨਹੀਂ ਕਰ ਰਿਹਾ, ਵੀ ਆਪਾਂ ਵਿਸ਼ੇਸ਼ ਦੀ ਗੱਲ ਕਰੀਏ, ਸਾਰੀਆਂ ਕਿਸਾਨ ਯੂਨੀਅਨ ਵਿੱਚ ਆਗੂ ਹੁੰਦਾ, ਉਹਨਾਂ ਦੇ ਆਪਣੇ ਆਪਣੇ ਝੰਡੇ ਆ, ਆਪਣੇ ਆਪਣੇ ਨਾਮ ਹੈ। ਹਰ ਕਿਸਾਨ, ਮੈਂ ਹੁਣ ਮਾੜਾ ਨਹੀਂ ਕਹਿੰਦਾ, ਮੈਂ ਕਿਹੜਾ ਕਿਸਾਨ ਯੂਨੀਅਨ, ਸਾਰੀਆਂ ਜਿਹੜੀ ਕਿਸਾਨ ਏਕਤਾ ਝੰਡੇ ਦੇ ਉੱਪਰ ਕੰਮ ਕਰ ਰਹੀਆਂ, ਬਹੁਤ ਹੀ ਵਧੀਆ ਗੱਲ ਹੈ। ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਕੋਈ ਨਾ ਕੋਈ ਤਜਵੀਜ਼ ਪੇਸ਼ ਕਰਨੀ ਆ, ਗਵਰਨਮੈਂਟ ਨਾਲ ਮੀਟਿੰਗਾਂ ਕਰਨੀਆਂ,
ਉਦੋਂ ਉਹਨਾਂ ਦੇ ਵਿੱਚ ਆਪਸ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ। ਹੁਣ ਤੁਸੀਂ ਗੱਲ ਹੋਰ ਦੇਖੋ, ਦਿੱਲੀ ਹੈ, ਦਿੱਲੀ ਮੀਟਿੰਗ ਲਈ ਬੁਲਾਇਆ, ਖੇਤੀਬਾੜੀ ਮੰਤਰੀ ਨਹੀਂ ਆਏ, ਕਿਸਾਨ ਦੁਬਾਰਾ ਵਾਪਸ ਆ ਗਏ, ਫਿਰ ਚਲੇ ਗਏ, ਫਿਰ ਕੋਈ ਹੱਲ ਨਹੀਂ ਨਿਕਲਿਆ। ਕਾਰਨ ਕੀ ਹੈ? ਸੈਂਟਰ ਗੌਰਮੈਂਟ ਹੈ ਜਾਂ ਪੋਲੀਟੀਸ਼ੀਅਨਸ ਹੁੰਦੇ ਆ, ਜਿੰਨੀਆਂ ਸਰਕਾਰਾਂ ਹੁੰਦੀਆਂ, ਕਿਸਾਨ ਦੁਨੀਆਂ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੀਆਂ। ਆਮ ਲੋਕਾਂ ਦਾ ਆਪਣਾ ਵਿਚਾਰ ਕੀ ਹੈ, ਮੇਰਾ ਪਰਸਨਲ ਵਿਚਾਰ ਕੋਈ ਨਹੀਂ, ਨਾ ਕਿਸਾਨ ਦੁਨੀਆਂ ਨੂੰ ਬਾਰੇ ਨਾ ਗੌਰਮੈਂਟ ਬਾਰੇ, ਕਿ ਕਿਸਾਨ ਦੁਨੀਆਂ ਨੂੰ ਖਰੀਦਿਆ ਜਾਂਦਾ ਹੈ, ਲੀਡਰਾਂ ਨੂੰ ਖਰੀਦਿਆ ਜਾਂਦਾ ਹੈ। ਕਿਉਂ ਖਰੀਦਿਆ ਜਾਂਦਾ? ਉਹ ਵੀ ਆਪਣੇ 'ਚੋਂ ਹੀ ਹੈ। ਇਹਦਾ ਮਤਲਬ ਆਪਾਂ ਵਿਕਦੇ ਹਾਂ? ਇਹ ਨਾ ਕਹੋ ਕਿਸਾਨ ਦੁਨੀਆਂ ਨੂੰ ਖਰੀਦਿਆ ਜਾਂਦਾ, ਇਹ ਕਹੋ ਆਪਾਂ ਵਿਕਦੇ ਹਾਂ, ਆਪਾਂ ਨੂੰ ਖਰੀਦਿਆ ਜਾਂਦਾ। ਖਰੀਦਦਾ ਕੌਣ ਹੈ? ਖਰੀਦੂ ਤਾਂ ਜੇ ਆਪਣੇ 'ਚੋਂ ਨੁਕਸ ਹੋਵੇ, ਆਪਾਂ ਆਪ ਵਿਕਦੇ ਹਾਂ, ਆਪਾਂ ਪੈਸਾ ਨਹੀਂ ਵਿਕਦੇ ਹਾਂ। ਮੈਂ ਕਿਹੜਾ ਕਿਸਾਨ ਯੂਨੀਅਨ ਨੇ ਪੰਜਾਬ ਦੇ ਵਿੱਚ ਇਕੱਠ ਕੀਤਾ, ਪੰਜਾਬ ਦੇ ਵਿੱਚ ਇੱਥੇ ਮਾਨਸਾ ਮੂਸਾ ਚੁੰਗੀ ਦੇ ਉੱਪਰ ਆਏ, ਸਿੱਧੂ ਮੂਸੇ ਵਾਲੇ ਆਏ, ਹੋਰ ਗਾਇਕ ਸਾਰੇ ਆਏ, ਬਹੁਤ ਹੀ ਵਧੀਆ ਇਕੱਠ ਸੀ। ਉਸ ਤੋਂ ਬਾਅਦ ਉਹਦੀ ਰੂਪ ਰੇਖਾ ਕਿਉਂ ਨਹੀਂ ਉਹ ਲਿਖੀ ਗਈ? ਕਿਉਂ ਨਹੀਂ ਉਹ ਰੂਪ ਰੇਖਾ, ਇਹ ਕਿਉਂ ਨਹੀਂ ਤਰੀਕਾ ਬਣਾਇਆ ਗਿਆ ਕਿ ਅਸੀਂ ਇਸ ਰੂਪ ਰੇਖਾ ਦੇ ਅਧੀਨ, ਇਸ ਝੰਡੇ ਦੇ ਅਧੀਨ ਅਸੀਂ ਦਿੱਲੀ ਪਹੁੰਚੀਏ? ਸ਼੍ਰੋਮਣੀ ਅਕਾਲੀ ਦਲ ਨੇ ਝਲੀਰ ਆਪਣਾ ਅਲੱਗ ਬਣਾ ਲਿਆ, ਕਾਂਗਰਸ ਵਾਲੇ ਆਪਣਾ ਅਲੱਗ ਬਣਾਈ ਜਾਂਦੇ ਆ, ਆਪ ਵਾਲੇ ਅਲੱਗ ਬਣਾਈ ਜਾਂਦੇ ਆ, ਕਿਸਾਨ ਯੂਨੀਅਨ ਵਾਲੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਉਹ ਆਪਣਾ ਅਲੱਗ ਅਲੱਗ ਪ੍ਰਚਾਰ ਕਰੀ ਜਾਂਦੀਆਂ, ਜਿੰਨੇ ਪੰਜਾਬ ਦੇ ਵਿੱਚ ਗਾਇਕ ਆ ਉਹ ਅਲੱਗ ਅਲੱਗ ਨੌਜਵਾਨਾਂ ਨੂੰ ਇਕੱਠੇ ਕਰੀ ਜਾਂਦੇ। ਇਹ ਕੀ ਸਿਸਟਮ ਹੈ? ਸੈਂਟਰ ਗੌਰਮੈਂਟ ਸਾਰਾ ਕੁਛ ਦੇਖ ਰਹੀ ਹੈ, ਉਹਨਾਂ ਦੇ ਅਫਸਰ ਹੁੰਦੇ, ਉਹ ਸਾਰਾ ਕੁਛ ਬਾਚ ਰਹੇ ਆ, ਉਹ ਸਾਰੀ ਸਥਿਤੀ ਪੰਜਾਬ ਦੀ ਦੇਖ ਰਹੇ ਆ, ਉਹਨਾਂ ਨੂੰ ਪਤਾ ਹੈ ਪੰਜਾਬ ਦੇ ਲੋਕਾਂ ਦਾ ਖੂਨ ਗਰਮ ਹੈ। ਇਹੋ ਜਿਹੀ ਗੱਲ ਨਹੀਂ ਵੀ ਜੇ ਆਪਾਂ ਇੱਕ ਮੰਚ ਤੇ ਇਕੱਠੇ ਹੋਈ ਆਪਣੀ ਮੰਗ ਨਹੀਂ ਮੰਨੀ ਜਾਊਗੀ, ਮੰਨੀ ਜਾਊਗੀ। ਹੁਣ ਦੂਸਰੀ ਗੱਲ ਤੇ ਆ ਜਾਓ, ਆਪਾਂ ਬਹੁਤਾ ਸਮਾਂ ਨਹੀਂ ਲੈਂਦੇ। ਹੁਣ ਕੈਪਟਨ ਸਾਹਿਬ ਇਹ ਕਹਿ ਰਹੇ ਆ ਕਿ ਅਸੀਂ ਚਲੋ ਕੇਂਦਰ ਸਰਕਾਰ ਨੇ ਬਿੱਲ ਪਾਸ ਕਰਤੇ, ਕੈਪਟਨ ਸਰਕਾਰ ਦੇ ਕੋਈ ਸਾਰੇ ਅਧਿਕਾਰ ਨਹੀਂ, ਰਾਜ ਸਰਕਾਰ ਹੈ, ਉਹਨੇ ਅਧਿਕਾਰ ਨਹੀਂ ਹੈਗੇ। ਹੁਣ ਜਿਹੜੀ ਯੂਪੀ 'ਚੋਂ ਹੋਰ ਸਟੇਟਾਂ ਦੇ ਵਿੱਚੋਂ ਟਰਾਲੇ ਭਰ ਭਰ ਕੇ ਆਪਣੇ ਝੋਨੇ ਦੇ ਆ ਰਹੇ ਆ, ਉਹ ਤਾਂ ਪੰਜਾਬ 'ਚ ਆ ਰਹੇ, ਉਹ ਕਿੱਥੋਂ ਦੇ ਆ ਰਹੇ? ਉਹ ਵੀ ਹਰਿਆਣੇ ਦੇ ਅੰਦਰ ਆ ਰਹੇ। ਕਿਉਂ ਆ ਰਹੇ ਹੋ? ਉਹ ਕਿਹਦੀ ਮਿਲੀ ਭੁਗਤ ਆ ਰਹੇ? ਉਹ ਤੁਹਾਡੇ IAS IPS ਅਫਸਰ, ਪੁਲਿਸ ਅਫਸਰ ਲਾ ਲਓ, ਖੇਤੀਬਾੜੀ ਮਹਿਕਮੇ ਦੇ ਅਫਸਰ ਲਾ ਲਓ, FCI ਦੇ ਅਫਸਰ ਲਾ ਲਓ, ਪੰਜਾਬ ਸਰਕਾਰ ਦੇ ਲੀਡਰ ਲਾ ਲਓ, ਆਮ ਆਪਾਂ ਲੋਕ ਲਾ ਲਓ ਜਿਹੜੇ ਵਿਕਦੇ ਹਾਂ, ਸੈਲਰ ਵਾਲੇ ਲੋਕ ਲਾ ਲਓ, ਇਹ ਸਾਰਿਆਂ ਦੀ ਮਿਲੀ ਭੁਗਤ ਹੈ। ਕਿਉਂ ਆ ਰਹੇ ਫਿਰ ਉਹ? ਜਦੋਂ ਆਪਣੀ ਪੰਜਾਬ ਪ੍ਰਤੀ ਇੰਨੀ ਏਕਤਾ ਹੈ, ਆਪਾਂ ਸੈਂਟਰ 'ਤੇ ਗੁੱਸਾ ਕੱਢੀ ਜਾਂਦੇ ਹਾਂ, ਆਪਾਂ ਆਪਣੇ ਪੰਜਾਬ ਦੇ ਵਿੱਚ ਐਂਟਰੀ ਕਿਉਂ ਨਹੀਂ ਬੰਦ ਕਰਦੇ? ਕੈਪਟਨ ਸਾਹਿਬ ਬਾਰਡਰ ਕਿਉਂ ਨਹੀਂ ਸੀਲ ਕਰਦੇ? ਕੈਪਟਨ ਸਾਹਿਬ ਇਹ ਕਿਉਂ ਨਹੀਂ ਦੇਖਦੇ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਜਿਹੜੀ ਫਸਲ ਆ ਰਹੀ ਹੈ ਉਹ ਗੈਰ ਕਾਨੂੰਨੀ ਹੈ? ਉਹ ਅੱਛਾ ਉਹ ਟਰੱਕ ਕਿਵੇਂ ਆ ਗਏ? ਕਿਹਦੀ ਸਹਿਮਤੀ ਤੋਂ ਬਿਨਾਂ ਗਏ ਉਹ? ਉਹ ਕਿਉਂ ਆਏ? ਪਹਿਲਾਂ ਕਿਉਂ ਨਹੀਂ ਆਏ? ਉਹ ਸੁਣੋ, ਕਿਉਂਕਿ ਹੋਰ ਸਟੇਟਾਂ ਦੇ ਵਿੱਚ ਕੀ ਹੈ, ਝੋਨੇ ਦਾ ਜਿਹੜਾ ਰੇਟ ਹੈ, ਜਿਵੇਂ ਮੈਂ ਸੁਣਿਆ ਵੀ ਯੂਪੀ ਦੇ ਵਿੱਚ ਝੋਨੇ ਦਾ ਰੇਟ ਘੱਟ ਹੈ, ਉੱਥੋਂ ਵਪਾਰੀ 1200-1300 ਰੁਪਏ 'ਤੇ ਝੋਨਾ ਖਰੀਦਦੇ ਆ, 1200-1300 ਰੁਪਏ 'ਚ ਖਰੀਦਿਆ, ਇੱਥੇ ਲਿਆ ਕੇ ਉਹਨਾਂ ਨੇ ਕੀ ਕੀਤਾ, ਸੈਲਰ ਵਾਲਿਆਂ ਨੂੰ 1400-1500 ਰੁਪਏ ਦੇ ਵਿੱਚ ਵੇਚਤਾ। ਸੈਲਰ ਵਾਲਿਆਂ ਨੇ ਅੱਗੇ ਕੀ ਹੈ, ਜਿਹੜਾ ਝੋਨੇ ਦਾ ਵਾਜਬ ਰੇਟ ਹੈ 1800 ਸਮਥਿੰਗ ਆ, ਉਹ 'ਤੇ ਉਹ ਵੇਚਤਾ, ਉਹਦੇ ਵਿੱਚ ਜਿਹੜੀ ਬਾਕੀ ਜਿਹੜੇ ਬਕਾਇਆ ਪ੍ਰੋਫਿਟ ਹੈ ਉਹ 3 ਥਾਵਾਂ 'ਚ ਵੰਡਿਆ ਗਿਆ। ਘਾਟਾ ਕਿਹਨੂੰ ਪਿਆ? ਜਿਹਨੇ ਸ਼ੁਰੂ 'ਚ 1200 'ਚ ਵੇਚਿਆ। ਹੁਣ ਜਦੋਂ ਇੱਥੇ ਸੈਲਰਾਂ ਦੇ ਵਿੱਚ ਆਪਣੇ ਕੋਲ ਝੋਨਾ ਵੱਧ ਗਿਆ, ਫਿਰ ਇਹ ਕਹਿਣਗੇ ਕਿ ਸਾਡੇ ਕੋਲ ਐਕਸੈਸਿਵ ਹੋ ਗਿਆ, ਸਾਡੇ ਕੋਲ ਝੋਨੇ ਦੀ ਵੱਧ ਗਈ। ਅੱਛਾ ਝੋਨਾ ਤਾਂ ਪਹਿਲਾਂ ਹੀ ਆਪਣੇ ਕੋਲ ਪੰਜਾਬ ਦੇ ਆਪਦੇ ਸੈਂਟਰਾਂ 'ਚ ਖਰਾਬ ਹੋਈ, ਦੂਜੀ ਸਟੇਟਾਂ 'ਤੇ ਕਿਵੇਂ ਆਊਗਾ? ਅਸਲ 'ਚ ਕਾਰਨ ਇਹ ਹੈ, ਸਾਰੀ ਮਿਲੀ ਭੁਗਤ ਹੈ। ਨਾ ਮੈਂ ਪੰਜਾਬ ਸਰਕਾਰ ਦੇ ਬਿੱਲਾਂ ਦੀ ਕੋਈ ਅਹਿਮਤ ਨੂੰ ਮੰਨਦਾ, ਹਾਂ ਜਿਹੜੇ ਸੈਂਟਰ ਨੇ ਕਰਿਆ ਉਹ ਇੱਕ ਪ੍ਰੋਸੈਸ ਦੇ ਅਧੀਨ ਚੱਲੋ। ਮੇਰਾ ਮਤਲਬ ਇਹ ਨਹੀਂ ਕਿ ਕਿਸਾਨ ਯੂਨੀਅਨ ਇਕੱਠੀਆਂ ਹੋਣ, ਕਿਸਾਨ ਯੂਨੀਅਨ ਸੈਂਟਰ 'ਚ ਜਾਣ, ਉੱਥੇ ਜਾਣ ਕੇ ਦਿੱਲੀ ਉੱਥੇ ਇਹ ਕਰਨ, ਅਹਿੰਸਾ ਦੇ ਨਾਲ ਚੱਲੋ, ਪੜ੍ਹੇ ਲਿਖੇ ਵਾਂਗੂ ਚੱਲੋ, ਕੋਈ ਕਾਨੂੰਨ ਨੂੰ ਪੜ੍ਹੋ, ਉਹਦੀਆਂ ਕਾਪੀਆਂ ਲਓ, ਕਾਨੂੰਨੀ ਰਾਏ ਲਓ, ਉਹਦਾ ਪ੍ਰੋਸੈਸ ਕੀ ਬਣਦਾ, ਜੋ ਉਹਦੇ ਵਿੱਚ ਇੰਪਲੀਮੈਂਟ ਉਹਦੇ ਵਿੱਚ ਇੰਪਰੂਵਮੈਂਟ ਬਣਦੀ ਹੈ ਉਹ ਕਰੋ। ਮੇਰਾ ਸੁਨੇਹਾ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਇਹ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਕਰੀਮ ਹੋ ਪੰਜਾਬ ਦੇ, ਜਿਹੜੇ ਪੜ੍ਹੇ ਲਿਖੇ ਹੋ, ਜਿਹਨਾਂ ਨੂੰ ਸੂਝ ਹੈ ਬੂਝ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਸਰਕਾਰ ਦੀਆਂ ਕੁਝ ਨੀਤੀਆਂ ਕੀ ਹੈ, ਉਹ ਅੱਗੇ ਆਉਣ, ਉਹ ਧਰਨੇ ਦੇ ਵਿੱਚ ਸੰਬੋਧਨ ਕਰਨ ਕਿ ਇਸ ਨੀਤੀ ਦਾ ਤੁਹਾਡੇ ਉੱਪਰ ਕੀ ਪ੍ਰਭਾਵ ਪੈਣਾ, ਇਹ ਨੀਤੀ ਪਾਸ ਕਿਉਂ ਹੋਈ, ਕਿਉਂ ਨੀਤੀ ਪਾਸ ਹੋਈ, ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਅਖਬਾਰ ਹੀ ਨਹੀਂ ਪੜ੍ਹਦੇ, ਉਹਨਾਂ ਨੂੰ ਪਤਾ ਹੀ ਨਹੀਂ ਕੀ ਹੈ, TV ਨਹੀਂ ਦੇਖਦੇ, ਉਹਨਾਂ ਨੂੰ ਇਹ ਨਹੀਂ ਪਤਾ ਸਰਕਾਰ ਕਰ ਕੀ ਰਹੀ ਹੈ, ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਏਰੀਏ ਦੇ ਵਿੱਚ ਉਦਯੋਗ ਕਿੰਨੇ ਹੈ, ਸਾਡੇ ਏਰੀਏ ਦੇ ਵਿੱਚ ਪੋਲਿਊਸ਼ਨ ਕਿੰਨਾ ਹੋ ਰਿਹਾ। ਮੈਨੂੰ ਇੱਕ ਨੌਜਵਾਨ ਦਿਖਾਓ ਜਿਹੜੇ ਨੇ ਅੱਜ ਤੱਕ ਕਿਸੇ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਹੋਵੇ ਕਿ ਸਾਡੇ ਏਰੀਏ ਦੇ ਵਿੱਚ ਜੀ ਥਰਮਲ ਪਲਾਂਟ ਬਣਨ ਵਾਲੀ ਜਾਂ ਥਰਮਲ ਪਲਾਂਟ ਜਿੱਥੇ ਵੀ ਲੱਗੇ ਆ ਵੱਡਿਆਂ ਨਾਲ ਵੀ ਸਾਡੇ ਏਰੀਏ ਵਿੱਚ ਪੋਲਿਊਸ਼ਨ ਹੋ ਰਿਹਾ, ਉਹ ਸਟੇਟਮੈਂਟਾਂ ਪ੍ਰੈਸ ਕੋਲ ਕੌਣ ਦਿੰਦਾ? 50 ਸਾਲ ਤੋਂ ਉੱਪਰ ਦੇ ਬੰਦੇ। ਹੁਣ 50 ਸਾਲ ਤੋਂ ਉੱਪਰ ਦੇ ਬੰਦੇ ਸੜਕਾਂ 'ਤੇ ਆ ਕੇ ਉਹਦੇ ਹੱਕ ਕਿਵੇਂ ਮੰਗਣਗੇ? ਉਹਨਾਂ ਦੀ ਉਮਰ ਤਾਂ ਲੰਘ ਗਈ, ਉਮਰ ਕਿਹਦੀ ਰਹਿ ਗਈ? ਨੌਜਵਾਨਾਂ ਦੀ। ਨੌਜਵਾਨ ਇਹਨਾਂ ਗੱਲਾਂ ਪ੍ਰਤੀ ਵਾਕਫ ਨਹੀਂ ਹੈਗੇ, ਜਿਹੜੇ ਹੈਗੇ ਆ ਉਹ ਉਹਨਾਂ ਨੂੰ ਅੱਗੇ ਨਹੀਂ ਆ ਰਹੇ। ਅਸਲ 'ਚ ਨੌਜਵਾਨ ਆਪਣੇ ਜਿਹੜੇ ਆਲਾ ਦੁਆਲਾ ਚਿਗਰਦਾ ਉਹਦੇ ਝਾਤ ਮਾਰਨ। ਹੁਣ ਅਜੋਕਾ ਨੌਜਵਾਨ ਹੈ ਉਹ ਤਾਂ ਖੇਤੀ ਕਰਕੇ ਖੁਸ਼ ਨਹੀਂ, ਉਹ ਤਾਂ ਖੇਤ ਜਾ ਕੇ ਖੁਸ਼ ਨਹੀਂ, ਖੇਤ 'ਚ ਕੰਮ ਕਰਕੇ ਖੁਸ਼ ਨਹੀਂ, ਉਹਨੂੰ ਪਤਾ ਹੀ ਨਹੀਂ ਵੀ ਅੱਜ ਕੱਲ੍ਹ ਫਸਲ ਕਿਵੇਂ ਵਿਕਦੀ ਹੈ, ਨਰਮਾ ਕਿਵੇਂ ਵਿਕਦਾ, ਫਿਰ ਉਹ ਕੀ ਮੰਗ ਮੰਗਣਗੇ ਸਰਕਾਰ ਤੋਂ?
इस करके मेरी गुजारिश है नौजवान वीर मेरिया गलों को मुख रख दो, मैं भी एक किसान का पुत हाँ तो अगे आओ तो आप अधिकार मांगो। एक जिमें अगर देखते हैं आप कि किसानी बिलों को लेके पहला कांग्रेस सरकार ने भी घेरे में लिया गया जी, अकाली दल ने भी घेरे में लिया गया कि साहब दिखावा कर रहे किसान हत्या, हुण आम आदमी पार्टी ने भी जिहड़ा राज सरकार वल्लों बिल लिया गया पहला उत्थे विधानसभा विच सहमति दित्ती जी, ते बाहर आके उन्हां दा रुख कुछ होर हो गया, उहनूं तुसीं किवें देखदे हो? देखो गल पहलां उही सी भी वोट बैंक करन लई पहलां तां इह दोनों पार्टियां सी जिहड़ियां श्रोमणी अकाली दल ते आम आदमी पार्टी दोनों कांग्रेस नूं फोर्स कर रहियां सी कि तुसीं मता पाओ विधानसभा दे विच, मता पाओ विधानसभा दे विच, मता पाओ। जदों मता पाता हुण अगेंस्ट हो गए, क्यों अगेंस्ट हो गए? भी जो इन्होंने मता पाता हुण जिहड़े पंजाब दे किसान है वह सारे कांग्रेस के फेवर से जाएंगे, आपां मता आपां उन्हां दा विरोध करो, विरोध किवें करो? उहदे विच कोई ना कोई नुक्स कढ़ो, नुक्स की कढ़ना भी आपां इह कदों भी इन्होंने कपाह जिहड़ी नरमा जरूरी उह बाहर रखता, हाँ रखिया भी है, मैं भी सहमत इस गल नाल, वह एक काम दे विच जो नुक्स मिलता विरोधी पार्टियां यही कुछ करदी होंगी और यही आप कर रही है, यही श्रोमणी अकाली दल कर रही है। जे श्रोमणी अकाली दल की सरकार होंगी यही कांग्रेस ने करना सी, जे आपकी सरकार होंगी यही श्रोमणी अकाली दल तो कांग्रेस ने करना सी। बहुत बहुत धन्यवाद, तुसी बहुत वधिया चर्चा की थे नाल। एक सवाल है कि जिहड़ा तुसी की सोच रहे हो हुण किसानां नूं संघर्ष लई अगे की रूपरेखा बनाउणी चाहीदी है? रूपरेखा है जी, पहला सब तो पहला जिहड़े किसान यूनियन बनाउंदे आगू है वह आपदे विच, मैं किसी विशेष किसान यूनियन की गल नहीं करता, वह आपदे विच नौजवान विंगर नूं लैण, वो आप दे विच पढ़े लिखे लोगों लैन जां पढ़े लिखे लोगों की राय लैन, और राय लैके वह कानूनी विधियां सीख के संविधान के कुछ जिहड़े कानूनी दायरे है उहदे विच रह के सेंटर सरकार कोल जाण, वह मंगा लैन। इहदा मतलब ये नहीं किसान यूनियन जिहड़ी है कहिंदे आपां सड़कां जम करती हैं रेलां जम करती हैं, ठीक है सरकार की अख खुली, मैं कहदा नहीं भी गलत कर रही है किसान यूनियन, मैं किसान यूनियन दा सहमत हाँ हमायत करदा, पर रूपरेखा की होनी चाहिए? एक सिस्टम दे अधीन जाओ, सिस्टम दे अधीन की जाओ, तुसीं जाओ दिल्ली पहुँचो, मैनूं पता शंभू बाड़ तो भी लंघन नहीं दिंदे, किसी ना किसी तरीके नाल तुसीं पंजाब दे विच दुबारा एक सारे यूनिवर्सिटी एक एकता दिखाओ, इकट्ठ दिओ, उहदे विच जिन्ने सेंटर सरकार दे अधिकारी है जिन्ने सेंटर सरकार दे पंजाब दे विच अदारे चलदे है उहनां राहीं मैसेज दिओ, उहनां नूं उहनां अगे धरने दिओ। सेंटर सरकार दे जिन्ने पंजाब दे अदारे है जिन्ने हरियाणे च सेंटर सरकार दे अदारे है, हरियाणे वाले किसान भी और पंजाब वाले भी, उहनां अदारिआं नूं बंद कर, उहनां अगे धरने दिओ, उहनां नूं लॉक कर देण, जदों उन्हां दी सप्लाई बंद होगी उन्हां दा कनैक्शन खत्म हो गया सारे स्टेटां नाल वो आप ही छोटी गल मनणगे। मेरा मतलब यह नहीं कि दिल्ली जाके संसद घेर लो, उत्थों तक सानूं पहुँचण नहीं दिंदा, ना ही आप अपनी संस्था ना ही आप नुकसान करना संस्था का, पर एक रूपरेखा एक पढ़े लिखे तरीके करो, सानूं उस जिहड़ी बिल है उहदे नुक्ते पता होना चाहिए है, उहदे सुझाव पता होने चाहिए है, उहदी थोड़ी मंग होनी चाहिए भी साडी इस विच आह मंग होनी चाहिए है। मेरे सुझाव है अखीर दे विच मेरे वल्लों दुबारा फिर आवाज़ ए कौम सारी टीम का स्वागत, तो आवाज़ ए कौम देख रहे दर्शकों का धन्यवाद।